ਜਿਹੜਾ ਅਸੀਂ ਨਾ ਵੇਖਿਆ ਟ੍ਰੈਫਿਕ ਦੀ, ਤੁਹਾਨੂੰ ਪਤਾ ਸਮੱਸਿਆ ਬਹੁਤ ਜ਼ਿਆਦਾ ਹੈਗੀ ਹੈ। ਹਰ ਇੱਕ ਦੁਕਾਨਦਾਰ ਨੇ ਆਪਣੀ, ਜੇ ਕੋਈ 10 ਫੁੱਟ ਦੀ ਦੁਕਾਨ ਹੈ, 20 ਫੁੱਟ ਬਾਹਰ ਉਹਨੇ ਜਗ੍ਹਾ ਜਿਹੜੀ ਸਰਕਾਰ ਨੇ ਰੋਡ ਸੜਕ ਨੂੰ ਬਲੋਕ ਕੀਤੀ ਹੈ, ਜਿਹਦੇ ਕਰਕੇ ਪਾਰਕਿੰਗ ਦੀ ਸਮੱਸਿਆ ਆਉਂਦੀ ਤੇ ਉਸ ਤੋਂ ਬਾਅਦ ਜਿਹੜਾ ਟ੍ਰੈਫਿਕ ਜਾਮ ਹੁੰਦਾ ਔਰ ਲੋਕਾਂ ਨੂੰ ਬੜੀ ਇਨਕਨਵੀਨੀਅੰਸ ਹੁੰਦੀ ਹੈ। ਇਸ ਸੰਬੰਧ ਵਿੱਚ ਇਨਕਰੋਚਮੈਂਟ ਡਰਾਈਵ ਚਲਾਈ ਗਈ ਹੈ ਯੂ ਸਾਹਿਬ ਦੇ ਨਾਲ। ਕੁਛ ਇੱਕ ਦੁਕਾਨਾਂ ਦਾ ਜਿਹੜਾ ਸਮਾਨ ਜ਼ਬਤ ਕੀਤਾ ਹੋਵੇ, ਉਹ ਜਿਹੜਾ ਜੂ ਜੁਰਮਾਨਾ ਭਰ ਕੇ ਆਪਣਾ ਸਮਾਨ ਛਡਾ ਸਕਦੇ ਨੇ ਤੇ ਇਹਨਾਂ ਨੂੰ ਹਦਾਇਤ ਵੀ ਕਰ ਦਿੰਦੇ ਨੇ ਫਿਊਚਰ, ਜੇ ਕਿਤੇ ਇਹ ਜੁਰਮਾਨਾ ਚਲਾਨ ਸੋਰੀ ਸਮਾਨ ਬਾਹਰ ਰੱਖਦੇ ਨੇ ਤੇ ਜੁਰਮਾਨਾ ਜਿਹੜਾ ਡਬਲ ਕੀਤਾ ਜਾਏਗਾ। ਉਹਨਾਂ ਨੇ ਇੱਕ ਵਾਰੀ ਰਿਕੁਐਸਟ ਵੀ ਕਰ ਦਿੱਤੀ ਹੈ। ਔਰ ਕੁਛ ਇੱਕ ਦੇਖਿਆ ਬਾਜ਼ਾਰ ਦੇ ਵਿੱਚ ਤਾਂ ਹਫਜਾਲੀ, ਕੋਈ ਦੁਕਾਨ ਇੱਕ 10 ਫੁੱਟ ਪਿੱਛੇ, ਕੋਈ ਦੁਕਾਨ 10 ਫੁੱਟ ਅੱਗੇ ਵਧੀ ਹੈ। ਇੱਥੋਂ ਲੱਗਦਾ ਵੀ ਇਹਨਾਂ ਨੇ ਜਿਹੜੀ ਪੱਕੀ ਇਨਕਰੋਚਮੈਂਟ ਵੀ ਕੀਤੀ ਹੋਈ ਹੈ। ਸਾਰੇ ਦੁਕਾਨਦਾਰਾਂ ਨੂੰ ਕਿਹਾ ਗਿਆ ਜਿਹੜੀ ਦੁਕਾਨ ਸੜਕ ਤੋਂ ਪਿਛਲੀ ਦੁਕਾਨ ਤੋਂ ਅੱਗੇ ਆਈ ਹੈ, ਉਹ ਆਪਣੀ ਰਜਿਸਟਰੀਆ ਲੈ ਕੇ ਤਹਿਸੀਲਦਾਰ ਸਾਹਿਬ ਔਰ ਈਓ ਦਫ਼ਤਰ ਆਣਗੇ, ਆਪਣੀ ਰਜਿਸਟਰੀਆ ਹੋਣਗੇ ਤਾਂ ਕਿ ਪਤਾ ਲੱਗ ਸਕੇ ਵੀ ਕਿੰਨੇ ਕਿੰਨੀ ਦੁਕਾਨ ਇਨਕਰੋਚ ਕੀਤੀ ਹੈ, ਕੀਤੀਆਂ ਵੀ ਕਿ ਨਾ ਕੀਤੀ। ਸੋ ਇਹ ਡਰਾਈਵ ਚੱਲਦੀ ਰਹੇਗੀ। ਲੋਕਾਂ ਨੂੰ ਬੇਨਤੀ ਕਰਦੇ ਹਾਂ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਤਾਂ ਕਿ ਆਪਣਾ ਸਮਾਨ ਅੰਦਰ ਰੱਖਣ ਔਰ ਜਿਹੜੇ ਆਮ ਲੋਕਾਂ ਨੂੰ ਜਿਹੜੇ ਇਨਕਨਵੀਨੀਅੰਸ ਨਾ ਹੋ। ਅਸੀਂ ਉਹ ਜਗ੍ਹਾ ਆਈਡੈਂਟੀਫਾਈ ਕਰ ਰਹੇ ਹਾਂ ਔਰ ਦੇਖਣ ਚ ਆਇਆ ਵੀ ਜੋ ਮੈਨੂੰ ਕੰਪਲੇਂਟਸ ਮਿਲ ਰਹੀ ਆਵੇ, ਦੁਕਾਨਦਾਰੀ ਮੋਸਟਲੀ ਆਪਣੀ ਦੁਕਾਨਾਂ ਲੈ ਕੇ ਰੇਹੜੀਆਂ ਲਵਾਉਂਦੇ ਨੇ, ਉਹਨਾਂ ਕੋਲ ਪੈਸੇ ਵਸੂਲਦੇ ਨੇ। ਗਰੀਬ ਰੇਹੜੀ ਵਾਲਿਆਂ ਦਾ 400-500 ਰੁਪਏ ਡੇਲੀ ਵਸੂਲਿਆ ਜਾਂਦਾ ਵੇ, ਤੇ ਇਹ ਵੀ ਪ੍ਰਥਾ ਬੰਦ ਕੀਤੀ ਜਾ ਕੇ ਅਸੀਂ ਉਹਨਾਂ ਨੂੰ ਸਾਈਜ਼ ਆਈਡੈਂਟੀਫਾਈ ਕਰਕੇ ਅਲਾਟ ਕਰਾਂਗੇ ਜਗ੍ਹਾ ਲਾ ਕੇ।